ਕਿਤੇ ਕਈ ਜਾਂਦੇ ਨੇ ਵੀ ਵੀਡੀਓ ਜਿਹੜੀ ਪੁਲਿਸ ਨੇ ਬਣਵਾਈ ਹੈ ਭਾਈ ਸਾਹਿਬ ਜਿਹੜੇ ਨੇ ਇਹਦਾ ਬੋਲਦੇ ਨਹੀਂ। ਪਹਿਲੀ ਗੱਲ ਤਾਂ ਇਹ ਜੋ ਕੈਮਰੇ ਦੇ ਸਾਹਮਣੇ ਨਾ ਮੈਂ ਆਪ ਵੀਡੀਓ ਬਣਾਉਂਦਾ ਪਹਿਲਾਂ ਵੀ ਬਣਾਉਂਦਾ ਰਿਹਾ, ਮੈਨੂੰ ਆਦਤ ਜੀ ਨਹੀਂ ਹੈਗੀ ਵੀ ਕੈਮਰੇ ਵੱਲ ਵੇਖ ਕੇ ਜੇ ਵੀਡੀਓ ਬਣਾਉਣ ਦੀ, ਅਤੇ ਉਹ ਮੇਰੀ ਆਦਤ ਨਹੀਂ ਬਣੀ ਕਦੇ ਵੀ। ਸੋ ਦੂਜੀ ਗੱਲ ਹੈ ਸਿਹਤ ਥੋੜ੍ਹੀ ਜਿਹੀ ਉਸ ਦਿਨ ਵੈਸੇ ਢਿੱਲੀ ਸੀ, ਅਤੇ ਇਹ ਸੰਗਤਾਂ ਤੱਕ ਮੈਸੇਜ ਮੇਰਾ ਪਹੁੰਚਾਓ ਵੀ ਇੱਦਾਂ ਦੀ ਕੋਈ ਗੱਲ ਨਹੀਂ ਗੀ, ਮੈਂ ਚੜ੍ਹਦੀ ਕਲਾ 'ਚ ਨਾ ਮੈਂ ਕੋਈ ਇਹੋ ਜਿਹੀ ਮੰਗ ਰੱਖੀ ਆ ਕੋਈ ਚਵਲ ਮਰੀ ਜਾਂਦੇ ਆ ਨਾ ਕਈ ਵੀ ਜੀ ਮੈਨੂੰ ਫੜਿਓ ਅਤੇ ਮੈਨੂੰ ਕੁੱਟਿਓ ਨਾ, ਇਹੋ ਜਿਹੀ ਗੱਲ ਹੀ ਕਹਿਣਾ ਨਹੀਂ ਕੀਤੀ ਮੈਂ। ਮੈਂ ਜਿਹੜੀ ਗ੍ਰਿਫਤਾਰੀ ਦੇਣ ਬਾਰੇ ਤਾਂ ਗੱਲ ਕੋਈ ਹੋਈ ਨਹੀਂ ਕਿਸੇ ਨਾਲ, ਨਾ ਕੋਈ ਸ਼ਰਤ ਰੱਖੀ। ਸੋ ਇਹ ਕਈ ਜਿਹੜੇ ਬੇਵਕੂਫੀਆਂ ਮਾਰ ਰਹੇ ਆ ਵੀ ਭਾਈ ਉਹਨੇ ਆਹ ਮੰਗ ਰੱਖ ਦਿੱਤੀ, ਉਹ ਮੰਗ ਕੋਈ ਮੰਗ ਮੈਂ ਸਰਕਾਰ ਖੜੀ ਨਹੀਂ ਰੱਖੀ। ਮੈਂ ਜਥੇਦਾਰ ਸਾਹਿਬ ਨੂੰ ਕਿਹਾ ਵੀ ਸਰਬੱਤ ਖਾਲਸਾ ਸੱਦੋ, ਸਰਬੱਤ ਖਾਲਸਾ ਸੱਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ। ਜੇ ਆਪਾਂ ਅੱਜ ਵੀ ਸਿਆਸਤ ਕਰਨੀ ਹੈ, ਅੱਜ ਵੀ ਆਪਾਂ ਉਹੀ ਕੰਮ ਕਰਨੇ ਜਿਹੜੇ ਪਹਿਲਾਂ ਕਰਦੇ ਰਹੇ, ਤੇ ਫਿਰ ਆਪਾਂ ਭਵਿੱਖ ਦੇ ਵਿੱਚ ਜਥੇਦਾਰੀ ਕਰਕੇ ਕੀ ਕਰਨਾ। ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਅੱਜ ਸਮਾਂ ਹੈ ਜਿੱਥੇ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ। ਮੈਂ ਸਾਰੀਆਂ ਧਿਰਾਂ ਨੂੰ ਕਹਿੰਦਾ ਵੀ ਇਕਜੁੱਟ ਹੋਵੋ ਤੇ ਆਪਣੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਕਿ ਅੱਜ ਜ਼ੁਲਮ ਸਰਕਾਰ ਕਰ ਰਹੀ ਹੈ ਕਿਸੇ 'ਤੇ ਵੀ, ਕੱਲ੍ਹ ਨੂੰ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ। ਅਤੇ ਬਾਕੀ ਮੈਂ ਨਹੀਂ ਘਬਰਾਉਂਦਾ, ਨਾ ਜੇਲ੍ਹ ਜਾਣ ਤੋਂ ਘਬਰਾਉਣਾ, ਨਾ ਕਿਤੇ ਪੁਲਿਸ ਦੀ ਕਸਟਡੀ ਟੋਰਚਰ ਤੋਂ ਘਬਰਾਉਣਾ, ਕੋਈ ਨਹੀਂ ਕਰ ਲੈਣ ਜੋ ਕੁਛ ਨਹੀਂ ਕਰਨਾ। ਸੋ ਇਹ ਮੈਸੇਜ ਸੰਗਤਾਂ ਤੱਕ ਜ਼ਰੂਰ ਪਹੁੰਚਾਓ। ਉਹ ਪਤਾ ਕੀ ਹੁੰਦਾ ਵਾ, ਲੋਕਾਂ ਨੂੰ ਲੱਗਣ ਲੱਗ ਪੈਂਦਾ ਪਤਾ ਨਹੀਂ ਕਿੰਨੇ ਬਣਵਾਈ ਆ, ਕੰਸਪਰੇਸੀ ਆ ਜੀ, ਕੋਈ ਕੰਸਪਰੇਸੀ ਨਹੀਂ ਹੈਗੀ। ਇਹ ਗੱਲ ਜਦੋਂ ਤੈਨੂੰ ਪਤਾ ਹੋਵੇ ਵਿਖੜੇ ਪੈਣ ਦੇ ਹੋਈ ਹੈ, ਨਾ ਤਾਂ ਇਹੋ ਜਿਹੇ ਸਾਧਨ ਹੁੰਦੇ ਨੇ, ਨਾ ਉਹੋ ਜਿਹੇ ਫੋਨ ਹੁੰਦੇ ਨੇ ਜਿਵੇਂ ਪਹਿਲਾਂ ਹੁੰਦੇ ਸੀ ਵੱਡੇ, ਨਾ ਮੈਕ ਲੱਗੇ ਹੁੰਦੇ ਨੇ ਨਾਲ ਵੀ ਆਪਣੀ ਆਵਾਜ਼ ਕਲੀਅਰ ਜਾਵੇ, ਇੱਦਾਂ ਕਰਕੇ ਤਾਂ ਕਰਕੇ ਜਿਹੜਾ ਲੱਗਦਾ। ਬਾਕੀ ਸਿਹਤ ਥੋੜ੍ਹੀ ਜਿਹੀ ਅੱਗੇ ਨੂੰ ਵੀਕ ਜ਼ਰੂਰ ਹੋਈ ਹੈ, ਇਹਦੇ 'ਚ ਕੋਈ ਸ਼ੱਕੇ ਵਾਲੀ ਗੱਲ ਨਹੀਂ, ਕਿਉਂਕਿ ਅੱਠ ਪੈਰ ਬਾਹਰ ਹੀ ਇੱਕ ਪ੍ਰਸ਼ਾਦਾ ਜਿਹੜਾ ਇੱਕ ਦੋ ਛਕੀਦਾ, ਬਾਅਦ 'ਚ ਉੱਦਾਂ ਫਿਰ ਨਹੀਂ ਦੇਣੇ, ਫਿਰ ਸਾਰਾ ਕੁਛ ਨਹੀਂ ਛਕੀਦਾ। ਸੋ ਇਸ ਕਰਕੇ ਇਹ ਸੰਗਤ ਨੂੰ ਮੈਸੇਜ ਜ਼ਰੂਰ ਦਿਓ, ਉਹਨਾਂ ਨੂੰ ਕਹੋ ਵੀ ਹਰ ਗੱਲ 'ਚ ਦੁਬਿਧਾ ਨਹੀਂ ਮੰਨਣੀ, ਜਿਹੜੀ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਵੀ ਜਿਹੜੀ ਆਪਾਂ ਚੜ੍ਹਦੀ ਕਲਾ 'ਚ। ਸੋ ਇਹ ਜਿਹੜਾ ਮੈਸੇਜ ਮੇਰਾ ਸੰਗਤ ਤੱਕ ਪਹੁੰਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।